ਸੋ ਪਿੱਛੇ ਜੇ ਮੈਂ ਇੱਕ ਵੀਡੀਓ ਪਾਈ ਸੀਗੀ ਆਪਣੇ ਚੈਨਲ ਤੇ ਇੱਕ ਹਾਰਮੋਨ ਰਿਲੇਟਡ ਟੈਸਟੋਸਟੇਰੋਨ ਤੇ ਉਸ ਵੀਡੀਓ ਤੋਂ ਬਾਅਦ ਮੈਨੂੰ ਥੋੜੇ ਜਣੇ ਦੇ ਮੈਸੇਜ ਆਏ ਸੀਗੇ ਕਿ ਇਸ ਬਾਰੇ ਪੂਰੀ ਜਾਣਕਾਰੀ ਹੋ ਸੋ ਆਪਾਂ ਇਸ ਵੀਡੀਓ ਦੇ ਵਿੱਚ ਉਹੀ ਟੌਪਿਕ ਦੇ ਉੱਤੇ ਗੱਲ ਕਰਾਂਗੇ ਕਿ ਟੈਸਟੋਸਟੇਰੋਨ ਹੁੰਦਾ ਕੀ ਆ ਤੇ ਇਹਦੇ ਕੰਮ ਕੀ ਆ ਤੇ ਜੇ ਆਪਣੀ ਬੋਡੀ ਘੱਟ ਜੇ ਤਾਂ ਆਪਾਂ ਨੂੰ ਕੀ ਕੀ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਮੈਂ ਹਾਂ ਵਰਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਿੱਧੂ ਫਿਟਨੈਸ ਸੋ ਵੀਡੀਓ ਸਟਾਰਟ ਕਰਦੇ ਹਾਂ ਆਪਾਂ ਸੋ ਟੈਸਟੋਸਟੇਰੋਨ ਇੱਕ ਇਹੋ ਜਿਹਾ ਹਾਰਮੋਨ ਹੈ ਜਿਸ ਨੂੰ ਜੇ ਐਕਸਪਲੇਨ ਕਰਨ ਤੇ ਆ ਜਾਈਏ ਤਾਂ ਵੀਡੀਓ ਬਹੁਤ ਲੰਬੀ ਹੋ ਜੂਗੀ ਤਾਂ ਬਟ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਜਿੰਨੀ ਤੋਂ ਜਿੰਨੀ ਜ਼ਿਆਦਾ ਹੋ ਸਕੇ ਉਨੀ ਨੌਲੇਜ ਮੈਂ ਇਸ ਵੀਡੀਓ 'ਚ ਸ਼ਾਰਟਲੀ ਤੁਹਾਨੂੰ ਦੇ ਸਕਾਂ ਸੋ ਟੈਸਟੋਸਟੇਰੋਨ ਇੱਕ ਕੀ ਆ ਮੇਲ ਹਾਰਮੋਨ ਆ ਠੀਕ ਹੈ ਦੋਨੇ ਜੈਂਡਰ 'ਚ ਪਾਇਆ ਜਾਂਦਾ ਮੇਲਸ ਵੀ ਤੇ ਫੀਮੇਲਸ ਵੀ ਬਟ ਮੇਲ ਹਾਰਮੋਨ ਨੂੰ ਤਾਂ ਕਿਹਾ ਜਾਂਦਾ ਕਿਉਂਕਿ ਮੇਲਸ ਦੇ ਵਿੱਚ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਵਾ ਠੀਕ ਹੈ ਸੋ ਟੈਸਟੋਸਟੇਰੋਨ ਪ੍ਰੋਡਿਊਸ ਆਪਣੇ ਟੈਸਟਸ ਤੋਂ ਹੁੰਦਾ ਵਾ ਠੀਕ ਹੈ ਤੇ ਇਸ ਦਾ ਕੀ ਕੰਮ ਆ ਆਪਣੀ ਬੋਡੀ ਦੇ ਵਿੱਚ ਠੀਕ ਹੈ ਨੰਬਰ 1 ਇਹ ਆਪਣੇ ਹੇਅਰ ਤੇ ਕੰਮ ਕਰਦਾ ਵਾ ਠੀਕ ਆ ਆਪਣੀ ਬੀਅਰਡ ਹੋ ਗਈ ਇਸ 'ਚ ਵੀ ਟੈਸਟੋਸਟੇਰੋਨ ਦਾ ਹੱਥ ਆ ਨੰਬਰ 2 ਆਪਣੀ ਬੋਨਸ ਨੂੰ ਸਟਰੋਂਗ ਕਰਦਾ ਵਾ ਠੀਕ ਹੈ ਨੰਬਰ 3 ਮਸਲ ਬਿਲਡਿੰਗ ਪ੍ਰੋਸੈਸ 'ਚ ਆਪਣੀ ਹੈਲਪ ਕਰਦਾ ਤੇ ਨੰਬਰ 4 ਫੈਟ ਲੋਸ 'ਚ ਵੀ ਆਪਣੀ ਹੈਲਪ ਕਰਦਾ ਵਾ ਆਪਣੀ ਸਕਿਨ ਟੋਨ ਨੂੰ ਵੀ ਲੋਡ ਕਰਦਾ ਮਤਲਬ ਇੱਕ ਮੇਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਟੈਸਟੋਸਟੇਰੋਨ ਦਾ ਬਹੁਤ ਵੱਡਾ ਰੋਲ ਠੀਕ ਆ ਤੇ ਜੇ ਆਪਾਂ ਗੱਲ ਕਰੀਏ ਪੂਰੀ ਸਪੋਰਟਸ ਇੰਡਸਟਰੀ ਚਾਹੇ ਕ੍ਰਿਕਟ ਹੋ ਗਈ ਚਾਹੇ ਆਪਣੀ ਫੁੱਟਬਾਲ ਹੋ ਗਈ ਰਨਿੰਗ ਹੋ ਗਈ ਸਾਈਕਲਿੰਗ ਹੋ ਗਈ ਪਾਵਰ ਲਿਫਟਿੰਗ ਹੋ ਗਈ ਕੁਛ ਵੀ ਹੋ ਗਈ ਇਹ ਸਿਰਫ ਇੱਕ ਹਾਰਮੋਨ ਦੇ ਉੱਤੇ ਡਿਪੈਂਡ ਕਰਦੀ ਆਪਣੀ ਟੈਸਟੋਸਟੇਰੋਨ ਹਾਰਮੋਨ ਕਿਉਂਕਿ ਜੇ ਆਪਾਂ ਗੱਲ ਕਰੀਏ ਰਨਰ ਦੀ ਉਹਨਾਂ ਨੂੰ ਚਾਹੀਦਾ ਸਟੈਮਿਨਾ ਸਟੈਮਿਨਾ ਕਿੱਥੋਂ ਆਊਗਾ ਜਦੋਂ ਟੈਸਟੋਸਟੇਰੋਨ ਲੈਵਲ ਅਪ ਹੋਣਗੇ ਠੀਕ ਹੈ ਜੇ ਪਾਵਰ ਲਿਫਟਰ ਦੀ ਗੱਲ ਕਰੀਏ ਉਹਨੂੰ ਚਾਹੀਦੀ ਹੈ ਸਟਰੈਂਥ ਸਟਰੈਂਥ ਉਹਨੂੰ ਤਾਂ ਆਊਗੀ ਜੇ ਉਹਦਾ ਟੈਸਟੋਸਟੇਰੋਨ ਲੈਵਲ ਅਪ ਆ ਸੋ ਕੁੱਲ ਮਿਲਾ ਕੇ ਜਿੰਨੀ ਵੀ ਆਪਣੀ ਬੋਡੀ ਬਿਲਡਿੰਗ ਇੰਡਸਟਰੀ ਆ ਮੇਨਲੀ ਬੋਡੀ ਬਿਲਡਿੰਗ ਇੰਡਸਟਰੀ ਆ ਉਹ ਦੋ ਹਾਰਮੋਨਸ ਤੇ ਹੀ ਕਹਿ ਲਓ ਡਿਪੈਂਡ ਆ ਇੱਕ ਟੈਸਟੋਸਟੇਰੋਨ ਤੇ ਦੂਜੀ ਆਪਣਾ ਹਿਊਮਨ ਗਰੋਥ ਹਾਰਮੋਨ ਆਪਾਂ ਹਿਊਮਨ ਗਰੋਥ ਹਾਰਮੋਨ ਨੂੰ ਇਸ ਵਿੱਚ ਨਹੀਂ ਕਵਰ ਕਰਾਂਗੇ ਟੈਸਟੋਸਟੇਰੋਨ ਦੀ ਗੱਲ ਕਰਦੇ ਹਾਂ ਇਕੱਲੀ ਜਿੰਨੇ ਵੀ ਸਪਲੀਮੈਂਟੇਸ਼ਨਸ ਨੇ ਚਾਹੇ ਵੇ ਪ੍ਰੋਟੀਨ ਹੋ ਗਈ ਕ੍ਰੀਏਟਿਨ ਹੋ ਗਈ ਇਹ ਸਾਰੇ ਹੀ ਆਪਣੇ ਪ੍ਰੋਟੀਨ ਸਿੰਥੈਸਿਸ ਨੂੰ ਕਹਿ ਲਓ ਐਕਸਪੈਂਡ ਕਰਦੇ ਠੀਕ ਹੈ ਤਾਂ ਕਿ ਆਪਾਂ ਪ੍ਰੋਟੀਨ ਆਪਣੇ ਮਸਲ ਤੱਕ ਜਾਵੇ ਅਤੇ ਮਸਲ ਬਿਲਡ ਹੋਣ ਅਤੇ ਟੈਸਟੋਸਟੇਰੋਨ ਨੂੰ ਵੀ ਇਹ ਪੁਸ਼ ਕਰਦੇ ਆ ਤਾਂ ਜੋ ਜ਼ਿਆਦਾ ਪ੍ਰੋਡਿਊਸ ਹੋ ਸਕੇ ਠੀਕ ਹੈ ਜਿੰਨਾ ਆਪਣਾ ਟੈਸਟੋਸਟੇਰੋਨ ਲੈਵਲ ਪ੍ਰੋਡਿਊਸ ਹੋਊਗਾ ਉਹਨੇ ਆਪਣੇ ਮਸਲ ਜ਼ਿਆਦਾ ਵਧਣਗੇ ਠੀਕ ਹੈ ਆਪਣੀ ਬੋਨਸ ਤਗੜੀਆਂ ਹੋਣਗੀਆਂ ਠੀਕ ਹੈ ਬੋਡੀ ਪੋਸਚਰ ਵਧੀਆ ਹੋਊਗਾ ਸੋ ਸਾਰੇ ਹੀ ਜਿੰਨੇ ਸਪਲੀਮੈਂਟੇਸ਼ਨਸ ਨੇ ਹਰਬਸ ਨੇ ਇਹ ਸਾਰਿਆਂ ਦਾ ਯੂਜ਼ ਕੀਤਾ ਜਾਂਦਾ ਵਾ ਟੈਸਟੋਸਟੇਰੋਨ ਅਪ ਕਰਨ ਲਈ ਠੀਕ ਹੈ ਅਤੇ ਦੂਜੀ ਸਾਈਡ ਜਿਹੜੀ ਮਤਲਬ ਬੋਡੀ ਬਿਲਡਿੰਗ ਕਰਦੇ ਆ ਓਲੰਪੀਆ ਲੈਵਲ 'ਤੇ ਜਾਂਦੇ ਆ ਉਹ ਯੂਜ਼ ਕਰਦੇ ਨੇ ਸਿੰਥੈਟਿਕ ਹਾਰਮੋਨ ਸਟੀਰੋਇਡਸ ਸਟੀਰੋਇਡਸ ਦਾ ਜਿੰਨੇ ਵੀ ਆਪਣੇ ਸਟੀਰੋਇਡਸ ਨੇ ਉਹ ਸਿਰਫ ਦੋ ਹਾਰਮੋਨ ਰਿਲੇਟਡ ਹੀ ਆ ਆਪਣੇ ਟੈਸਟੋਸਟੇਰੋਨ ਅਤੇ ਹਿਊਮਨ ਗਰੋਥ ਹਾਰਮੋਨ ਜਿੰਨੇ ਵੀ ਸਟੀਰੋਇਡਸ ਨੇ ਐਨਾਡ੍ਰੋਲ ਲਾ ਲਓ ਟ੍ਰੈਨ ਲਾ ਲਓ ਡੈਗਾਡੈਸਟਾ ਲਾ ਲਓ ਇਹ ਸਾਰੇ ਹੀ ਟੈਸਟੋਸਟੇਰੋਨ ਤੋਂ ਬਣੇ ਹੋਏ ਆ ਉਹਨਾਂ ਦੇ ਟੈਸਟੋਸਟੇਰੋਨ ਹਾਰਮੋਨ ਦੇ ਮੋਲੀਕਿਊਲਸ ਨਾਲ ਥੋੜ੍ਹੇ ਜਿਹੇ ਚੇਂਜਸ ਕਰਕੇ ਇਸਨੂੰ ਇਸ ਹਿਸਾਬ ਨਾਲ ਡਿਜ਼ਾਈਨ ਕੀਤਾ ਜਾਂਦਾ ਕਿ ਇਸ ਨੂੰ ਸਪੈਸੀਫਿਕ ਰਿਜ਼ਲਟ ਲੈ ਜਾਣ ਜਿੱਦਾਂ ਆਪਾਂ ਗੱਲ ਕਰੀਏ ਵੈਂਸਟਰੋਲ ਨੂੰ ਇੱਦਾਂ ਬਣਾਇਆ ਗਿਆ ਕਿ ਉਹ ਆਪਣੀ ਕਟਿੰਗ 'ਚ ਹੈਲਪ ਕਰੂਗੀ ਉਹ ਟੈਸਟੋਸਟੇਰੋਨ ਨੂੰ ਇਸ ਲੈਵਲ ਨਾਲ ਤਿਆਰ ਕੀਤਾ ਜਾਂਦਾ ਕਿ ਉਸ ਆਪਣਾ ਕਹਿ ਲਓ ਬੋਡੀ ਜੋ ਪਾਣੀ ਕੱਢ ਦਿੰਦੀ ਆ ਸਾਰਾ ਆਪਣੀ ਸ਼ੈੱਡ ਲੁੱਕ ਦਿੰਦੀ ਆ ਆਪਾਂ ਨੂੰ ਠੀਕ ਹੈ ਜੇ ਆਪਾਂ ਗੱਲ ਕਰੀਏ ਆਪਣੇ ਟ੍ਰੈਂਡ ਦੀ ਟ੍ਰੈਂਡ ਕਿਹੋ ਜਿਹਾ ਹਾਰਮੋਨ ਆ ਜਿਹੜਾ ਤੁਹਾਨੂੰ ਗੇਨਿੰਗ 'ਚ ਵੀ ਹੈਲਪ ਕਰੂਗਾ ਅਤੇ ਤੁਹਾਡਾ ਫੈਟ ਲੋਸ ਵੀ ਹੋਊਗਾ ਮਤਲਬ ਸਾਰੇ ਹੀ ਸਟੀਰੋਇਡਸ ਹੋ ਗਏ ਠੀਕ ਆ ਇਹ ਇੱਕ ਹੀ ਹਾਰਮੋਨ ਦੇ ਆਲੇ ਦੁਆਲੇ ਘੁੰਮਦੇ ਆ ਟੈਸਟੋਸਟੇਰੋਨ ਠੀਕ ਹੈ ਅਤੇ ਜੇ ਆਪਾਂ ਦੂਜੀ ਤਰਫ ਗੱਲ ਕਰੀਏ ਆਪਣੇ ਨੈਚੁਰਲੀ ਜੇ ਆਪਾਂ ਆਪਣਾ ਟੈਸਟੋਸਟੇਰੋਨ ਲੈਵਲ ਅਪ ਕਰਨਾ ਵਾ ਤਾਂ ਉਹ ਕਿਵੇਂ ਕੀਤਾ ਜਾਂਦਾ ਠੀਕ ਹੈ ਉਹਦੇ 'ਚ ਕੀ ਜੇ ਆਪਣੀ ਆਪਾਂ ਗੱਲ ਕਰੀਏ ਇੱਕ ਨੋਰਮਲ ਠੀਕ ਆ ਜਿਹੜਾ ਵਾ ਹਿਊਮਨ ਬੋਡੀ ਮੇਲ ਬੋਡੀ ਆ ਉਹ 270 ਤੋਂ ਲੈ ਕੇ 1070 ਨੈਨੋਗ੍ਰਾਮ ਪਰ ਡੈਸੀਲੀਟਰ ਟੈਸਟੋਸਟੇਰੋਨ ਪ੍ਰੋਡਿਊਸ ਕਰਦਾ ਠੀਕ ਹੈ ਜੋ ਇੱਕ ਹੈਲਥੀ ਮੈਨ ਆ ਠੀਕ ਹੈ ਸੋ ਇਹ ਜ਼ਿਆਦਾ ਤੋਂ ਜ਼ਿਆਦਾ ਆਪਾਂ ਨੈਚੁਰਲੀ ਵੀ ਪ੍ਰੋਡਿਊਸ ਕਰ ਸਕਦੇ ਹਾਂ ਪਰ ਇੱਕ ਲਿਮਿਟ ਤੱਕ ਹੁੰਦਾ ਵਾ 1070 ਇਸਦੀ ਲਿਮਿਟ ਆ ਠੀਕ ਹੈ ਅਤੇ ਸੋ ਆਪਾਂ ਕਿਵੇਂ ਅਪ ਕਰ ਸਕਦੇ ਹਾਂ ਐਕਸਰਸਾਈਜ਼ ਨਾਲ ਅਪ ਕਰ ਸਕਦੇ ਹਾਂ ਵਰਕਆਊਟਸ ਵਧੀਆ ਰੱਖੋ ਠੀਕ ਹੈ ਵਰਕਆਊਟਸ ਲੈਦਰ ਵਰਕਆਊਟਸ ਵੀ ਹੁੰਦੇ ਆ ਟੈਸਟੋਸਟੇਰੋਨ ਪ੍ਰੋਡਿਊਸ ਕਰਨ ਲਈ ਠੀਕ ਹੈ ਡਾਇਟ ਵਧੀਆ ਹੋਣੀ ਚਾਹੀਦੀ ਆ ਅਤੇ ਸਪਲੀਮੈਂਟੇਸ਼ਨਸ ਜਿਹੜੇ ਆਪਣੇ ਵੀ ਪ੍ਰੋਟੀਨ ਹੋ ਗਈ ਕ੍ਰੀਏਟਿਨ ਹੋ ਗਈ ਟੈਸਟੋ ਹਾਰਮੋਨਸ ਹੋ ਗਏ ਇਹਨਾਂ ਸਾਰਿਆਂ ਦਾ ਯੂਜ਼ ਕਰਕੇ ਆਪਾਂ ਆਪਣੇ ਟੈਸਟੋ ਲੈਵਲ ਨੂੰ ਨੈਚੁਰਲੀ ਬਹੁਤ ਹਾਈ ਕਰ ਸਕਦੇ ਹਾਂ ਠੀਕ ਹੈ
ਤੇ ਆਪਣੇ ਹਰਬਸ ਹੋ ਗਏ, ਸ਼ਿਲਾਜੀਤ ਹੋ ਗਿਆ, ਅਸ਼ਵਗੰਧਾ ਹੋ ਗਈ, ਐਟਸੈਟਰਾ, ਇਹਨਾਂ ਸਾਰੀਆਂ ਦਾ ਆਪਾਂ ਯੂਜ਼ ਕਰਕੇ ਆਪਾਂ ਆਪਣੇ ਹਾਰਮੋਨਸ ਨੂੰ ਅਪ ਕਰ ਸਕਦੇ ਹਾਂ। ਸੋ ਇਹ ਤਾਂ ਸੀਗੇ ਆਪਾਂ ਟੈਸਟੋਸਟੇਰੋਨ ਕੀ ਆ ਤੇ ਇਹਦੇ ਕੀ ਕੀ ਮਤਲਬ ਫਾਇਦੇ ਆ ਨੇ ਆਪਣੀ ਬੋਡੀ 'ਚ, ਕੀ ਕੰਮ ਨੇ। ਸੋ ਆਪਾਂ ਹੁਣ ਦੂਜੀ ਸਾਈਡ ਗੱਲ ਕਰਦੇ ਹਾਂ, ਜੇ ਆਪਣਾ ਬੋਡੀ ਟੈਸਟੋਸਟੇਰੋਨ ਲੈਵਲ ਲੋ ਚਲੇ ਜਾਣ ਫਿਰ ਆਪਾਂ ਨੂੰ ਕੀ ਕੀ ਆਪਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ। ਠੀਕ ਹੈ, ਪਹਿਲੇ ਨੰਬਰ 'ਤੇ ਆ ਗਈ ਤੁਹਾਡੀ ਬੋਨਸ ਦੀ, ਲਾ ਲਓ ਸਟਰੋਂਗ ਨਹੀਂ ਰਹਿਣੀਆਂ ਬੋਨਸ ਤੁਹਾਡੀਆਂ, ਕੜਕ ਕੜਕ ਦੀ ਆਵਾਜ਼ ਆਊ, ਜਿੱਦਾਂ ਆਪਾਂ ਕੁਛ ਵੀ ਕਰਦੇ ਹਾਂ ਪਟਾਕੇ ਪੈਣ ਲੱਗ ਜਾਣਗੇ ਹੱਡੀਆਂ ਦੇ। ਠੀਕ ਹੈ, ਫਿਰ ਨੰਬਰ 2 ਤੁਹਾਡਾ ਮੂਡ ਖਰਾਬ ਜਿਹਾ ਰਹਿਣ ਲੱਗਦਾ, ਡਿਸਟਰਬ ਮੂਡ ਰਿਹਾ ਕਰੂਗਾ, ਹਰੇਕ ਗੱਲ 'ਤੇ ਚਿੜਿਆ ਕਰੋਗੇ। ਠੀਕ ਹੈ, ਨੰਬਰ 3 ਤੁਹਾਡਾ ਐਨਰਜੀ ਲੈਵਲ ਇੰਨਾ ਕੁ ਜ਼ਿਆਦਾ ਲੋਅ ਹੋ ਜਾਊਗਾ, ਤੁਸੀਂ ਕੁਝ ਵੀ ਕਰੋਗੇ ਤੁਹਾਨੂੰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਵੇਗੀ, ਵਰਕਆਊਟ ਤਾਂ ਤੁਹਾਤੋਂ ਹੋਣਾ ਹੀ ਨਹੀਂ, ਨਾ ਦੇ ਬਰਾਬਰ ਹੀ। ਠੀਕ ਹੈ, ਜਦੋਂ ਆਪਾਂ ਲੋਅ ਟੈਸਟੋਸਟੇਰੋਨ ਚਲਾ ਜਾਂਦਾ, ਆਪਾਂ ਕੀ ਹੁੰਦੀ ਐਵਰੇਜ ਆਪਾਂ 40 ਤੋਂ ਲੈ ਕੇ 60 ਮਿੰਟ ਦਾ ਵਰਕਆਊਟ ਕਰਦੇ ਹੁੰਦੇ ਹਾਂ, ਤੋਂ ਮਤਲਬ 2 ਸੈੱਟ ਤੋਂ ਬਾਅਦ ਤੁਹਾਨੂੰ ਬਹੁਤ ਜ਼ਿਆਦਾ ਥਕਾਵਟ ਫੀਲ ਹੋ ਜਾਏਗੀ। ਠੀਕ ਆ, ਫਿਰ ਹੋਰ ਕੀ ਹੋਏਗਾ, ਤੁਹਾਡੀ ਸੈਕਸ ਡਰਾਈਵ ਲੋਅ ਹੋ ਜਾਏਗੀ। ਠੀਕ ਹੈ, ਤੁਹਾਡੀ ਸਪਰਮ ਕਾਊਂਟਿੰਗ ਲੋਅ ਹੋ ਜਾਏਗੀ। ਸੋ ਬਹੁਤ ਸਾਰੀਆਂ ਦਿੱਕਤਾਂ ਆਪਣੀਆਂ ਆਉਣਗੀਆਂ ਜੇ ਆਪਣਾ ਟੈਸਟੋ ਲੈਵਲ ਲੋਅ ਜਾਵੇਗਾ। ਸੋ ਆਪਾਂ ਆਲਵੇਜ਼ ਕੋਸ਼ਿਸ਼ ਕਰਨੀ ਆ ਕਿ ਆਪਣਾ ਟੈਸਟੋ ਲੈਵਲ ਅਪ ਰਹੇ। ਠੀਕ ਆ, ਆਪਾਂ ਉਹਦੇ ਨੁਕਤੇ ਦੱਸਦੇ ਹਾਂ, ਨੈਚੁਰਲੀ ਜਿਹੜੇ ਆ ਸਟੀਰੋਇਡਸ ਤੋਂ ਦੂਰ ਰਹੋ, ਕਿਉਂਕਿ ਇਹਦੇ ਤੁਹਾਨੂੰ ਇਹਦੇ ਜੋ ਤੁਹਾਨੂੰ ਡਰੋਬੈਕਸ ਨੇ, ਠੀਕ ਹੈ, ਜੋ ਕਹਿ ਲਓ ਨੁਕਸਾਨ ਨੇ, ਉਹ ਤੁਹਾਨੂੰ ਫਿਊਚਰ 'ਚ ਪਤਾ ਲੱਗਣਗੇ, ਇਹਦੇ ਜੋ ਬਹੁਤ ਹੀ ਖਤਰਨਾਕ ਨੇ। ਸੋ ਆਪਾਂ ਨੈਚੁਰਲੀ ਹੀ ਇਸਨੂੰ ਪ੍ਰੋਡਿਊਸ ਕਰ ਸਕਦੇ ਹਾਂ, ਤੁਹਾਨੂੰ ਮੈਂ ਤੁਹਾਡੇ ਨੁਕਤੇ ਦੱਸਦੇ। ਠੀਕ ਹੈ, ਐਕਸਰਸਾਈਜ਼ ਕਰੋ, ਵਰਕਆਊਟ ਕਰੋ, ਪ੍ਰੋਪਰ ਡਾਇਟ ਲਓ, ਸਪਲੀਮੈਂਟੇਸ਼ਨ ਯੂਜ਼ ਕਰ ਸਕਦੇ ਹੋ, ਨੈਚੁਰਲ ਹਰਬਸ ਯੂਜ਼ ਕਰ ਸਕਦੇ ਹੋ ਜਿਹੜੇ ਆਪਣੇ ਟੈਸਟੋਸਟੇਰੋਨ ਲੈਵਲ ਨੂੰ ਪ੍ਰੋਡਿਊਸ ਕਰਨ 'ਚ ਹੈਲਪ ਕਰਦੇ ਆ। ਸੋ ਇਹ ਸੀਗੀ ਸਾਰੀ ਜਾਣਕਾਰੀ ਟੈਸਟੋਸਟੇਰੋਨ ਲੈਵਲ ਨੂੰ ਲੈ ਕੇ। ਹੋ ਸਕਦਾ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਨੌਲੇਜ ਮਿਲੀ ਹੋਵੇਗੀ, ਨੈਚੁਰਲੀ ਟੈਸਟੋਸਟੇਰੋਨ ਲੈਵਲ ਅਪ ਕਰੋ, ਸਟੀਰੋਇਡਸ ਵੱਲ ਨਾ ਜਾਓ, ਇਹਦਾ ਤੁਹਾਨੂੰ ਨੁਕਸਾਨ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ। ਜਦੋਂ ਤੁਸੀਂ ਟੇਕ ਕਰੋਗੇ ਤੁਹਾਨੂੰ ਬਹੁਤ ਪਾਵਰ ਫੀਲ ਹੋਵੇਗਾ, ਬਟ ਜਦੋਂ ਹੀ ਤੁਸੀਂ ਟੈਸਟਾਂ ਆਪਣੇ ਸਟੀਰੋਇਡਸ ਲੈਣੇ ਬੰਦ ਕੀਤੇ, ਤੁਹਾਡਾ ਟੈਸਟੋਸਟੇਰੋਨ ਲੈਵਲ ਨੈਚੁਰਲ ਜੋ ਲੈਵਲ ਸੀਗਾ ਉਸ ਤੋਂ ਵੀ ਥੱਲੇ ਡਿੱਗ ਜਾਏਗਾ। ਜਿਵੇਂ ਲਗਾ ਲਓ ਤੁਹਾਡਾ ਨੈਚੁਰਲੀ ਜੇ ਹੁਣ ਟੈਸਟੋਸਟੇਰੋਨ ਲੈਵਲ 500 ਲੱਗ ਚੱਲੀਏ, ਜੇ ਤੁਸੀਂ ਸਟੀਰੋਇਡ ਲੈਤੇ ਤਾਂ ਉਹ ਇੱਕਦਮ ਲਗਾ ਲਓ 2500 ਤੇ ਚਲੇ ਗਿਆ, ਬਟ ਜਦੋਂ ਹੀ ਸਟੀਰੋਇਡਸ ਬੰਦ ਕੀਤੇ ਉਹ ਲੈਵਲ ਤੁਹਾਡਾ 500 ਤੋਂ ਵੀ ਥੱਲੇ ਡਿੱਗੇਗਾ। ਸੋ ਕੋਸ਼ਿਸ਼ ਕਰੋ ਜਿੰਨਾ ਇਹਨੂੰ ਮੈਕਸੀਮਮ ਆਪਾਂ ਨੈਚੁਰਲੀ ਖਿੱਚ ਸਕਦੇ ਹਾਂ ਉਹ ਬਹੁਤ ਵਧੀਆ ਹੈ। ਸੋ ਧੰਨਵਾਦ, ਮਿਲਦੇ ਹਾਂ ਨੈਕਸਟ ਵੀਡੀਓ 'ਚ।